ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਸੈਟਰਡੇ ਆ ਚੁੱਕਿਆ ਜੀ ਔਰ ਸੈਟਰਡੇ ਨੂੰ ਬਿਜ਼ਨਸ ਆਫ ਦਾ ਵੀਕ ਤੁਹਾਡਾ ਸਭ ਤੋਂ ਫੇਵਰਿਟ ਸ਼ੋਅ ਟੀਵੀ ਦੇ ਉੱਤੇ ਅਸੀਂ ਹਮੇਸ਼ਾ ਲੈ ਕੇ ਆਉਂਦੇ ਹਾਂ ਔਰ ਦੱਸਦੇ ਹਾਂ ਕਿ ਅੱਜ ਦਾ ਇਹ ਜਿਹੜਾ ਬਿਜ਼ਨਸ ਹੈ ਇਹਦੀ USP ਕੀ ਹੈ ਔਰ ਕਿਵੇਂ ਇਸ ਬਿਜ਼ਨਸ ਦੇ ਵਿੱਚ ਤੁਸੀਂ ਵੀ ਆ ਸਕਦੇ ਹੋ ਔਰ ਆਪਣੇ ਆਪ ਨੂੰ ਤੁਸੀਂ ਵੀ ਆਂਟਰਪ੍ਰੀਨੋਰ ਜਿਹੜੀ ਸ਼ਿਪ ਦੀ ਸਕਿੱਲਸ ਦੀ ਗੱਲ ਹੁੰਦੀ ਹੈ ਉਹਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ ਔਰ ਜਿਸ ਬਿਜ਼ਨਸ ਬਾਰੇ ਮੈਂ ਤੁਹਾਨੂੰ ਅੱਜ ਦੱਸ ਰਿਹਾ ਇਸ ਬਿਜ਼ਨਸ ਨੂੰ ਕਿਸੇ ਵੀ ਇੰਟਰੋਡਕਸ਼ਨ ਦੀ ਲੋੜ ਨਹੀਂ ਕਿਉਂਕਿ ਇਹ ਬਿਜ਼ਨਸ ਜਿਹੜਾ ਹੈ ਨੇਸ਼ਨ ਵਾਈਡ ਅਮੈਰੀਕਾ ਦੀ ਸਭ ਤੋਂ ਫੇਵਰੇਟ ਫਰੈਂਚਾਈਜ਼ੀ ਇਸ ਟਾਈਮ ਬਣ ਚੁੱਕਿਆ ਹੈ ਪੰਜਾਬੀਆਂ ਦੇ ਦਿਲ ਦੇ ਵਿੱਚ ਪੰਜਾਬੀਆਂ ਦੇ ਘਰ ਦੇ ਵਿੱਚ ਆਪਣੀ ਜਗ੍ਹਾ ਬਣਾ ਚੁੱਕਿਆ ਜੀ ਹਾਂ ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ ਜਿਹੜਾ ਟਵਿਸਟ ਹੈ ਇਹ ਕਿਵੇਂ ਆਲ ਓਵਰ ਅਮੈਰੀਕਾ ਤੋਂ ਅਮੈਰੀਕਾ ਦੀ ਫਰੈਂਚਾਈਜ਼ੀ ਹੁਣ ਵਰਲਡ ਵਾਈਡ ਆਪਣੀ ਪਹਿਚਾਣ ਬਣਾ ਰਹੀ ਹੈ ਨਿਊਯਾਰਕ ਦੇ ਵਿੱਚ ਕਈ ਸਾਰੀਆਂ ਫਰੈਂਚਾਈਜ਼ੀਆਂ ਤੋਂ ਬਾਅਦ ਇਹ ਹੁਣ ਨਿਊ ਜਰਸੀ ਦੇ ਵਿੱਚ ਵੀ ਆਲਰੇਡੀ ਆ ਚੁੱਕਿਆ ਹੈ ਪਿਛਲੇ ਸਾਲ ਮੈਂ ਤੁਹਾਨੂੰ ਜਰਸੀ ਸਿਟੀ ਵਿਖੇ ਔਰ ਉਸ ਤੋਂ ਪਿਛਲੇ ਸਾਲ ਵੀ ਮੈਂ ਤੁਹਾਨੂੰ ਨਿਊ ਜਰਸੀ ਵਿਖੇ ਕਈ ਸਾਰੀ ਫਰੈਂਚਾਈਜ਼ੀਜ਼ ਦੇ ਬਾਰੇ ਦੱਸ ਚੁੱਕਿਆ ਸੀਗਾ ਪਰ ਹੁਣ ਇਹ ਜਿਹੜੀ ਫਰੈਂਚਾਈਜ਼ੀ ਹੈ ਇਹ ਪੰਜਾਬੀਆਂ ਦੇ ਦਿਲ ਪੰਜਾਬੀਆਂ ਦੇ ਸਿਆਸੀ ਗੜ ਨਿਊ ਜਰਸੀ ਦੇ ਲਿਟਲ ਪੰਜਾਬ ਕਾਟਰਡ ਵਿਖੇ ਖੁੱਲ੍ਹ ਚੁੱਕਿਆ ਹੈ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ ਔਰ ਇਹ ਜਿਹੜਾ ਟਵਿਸਟ ਹੈ ਇਹ ਫਰੈਂਚਾਈਜ਼ੀ ਓਨਰ ਜਿਹੜੇ ਨੇ ਉਹ ਕਿਵੇਂ ਟਵਿਸਟ ਲਗਾਉਣਗੇ ਔਰ ਕਿਵੇਂ ਪੰਜਾਬੀਆਂ ਦੇ ਵਿੱਚ ਆਪਣੀ ਜਗ੍ਹਾ ਬਣਾਉਣਗੇ ਉਹਨਾਂ ਬਾਰੇ ਵੀ ਦੱਸਾਂਗਾ ਕੌਣ ਨੇ ਦਵਿੰਦਰ ਸਿੰਘ ਔਰ ਦਵਿੰਦਰ ਸਿੰਘ ਨੇ ਕਿਵੇਂ ਲਿੱਤੀ ਇਹ ਫਰੈਂਚਾਈਜ਼ੀ ਔਰ ਕਿਉਂ ਉਹਨਾਂ ਦਾ ਮਨ ਕੀਤਾ ਕਿ ਮੈਂ ਹੁਣ ਟਵਿਸਟ ਜਿਹੜਾ ਉਹ ਕਾਟਰਡ ਵਿਖੇ ਕਰਾਂਗਾ ਉਹਨਾਂ ਤੋਂ ਵੀ ਜਾਣਾਂਗੇ ਬਿਜ਼ਨਸ ਆਫ ਦ ਵੀਕ ਸੀਜ਼ਨ 2 ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ ਪਹਿਲੀ ਵਾਰ ਹੋਏਗਾ ਆਲ ਓਵਰ ਵਰਲਡ ਦੇ ਵਿੱਚ ਕਿ ਪੰਜਾਬੀਆਂ ਦੀ ਫਰੈਂਚਾਈਜ਼ੀ ਯਾਨੀ ਕਿ ਪੰਜਾਬੀਆਂ ਦੀ ਆਨ ਬਾਨ ਅਤੇ ਸ਼ਾਨ ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਵਿੱਚ ਇਤਿਹਾਸ ਦੇ ਪੰਨਿਆਂ ਦੇ ਵਿੱਚ ਪਹਿਚਾਣਿਆ ਜਾਏਗਾ ਕਿਉਂਕਿ ਇਹਦੇ ਜਿਹੜੇ ਫਾਊਂਡਰ ਔਰ CEO ਨੇ ਹਰਪ੍ਰੀਤ ਸਿੰਘ ਦਹੀਆ ਉਹਨਾਂ ਦੀ ਇਹ ਸੋਚ ਸੀਗੀ ਕਿ ਜਦ ਅਮੈਰੀਕਨਸ ਫਰੈਂਚਾਈਜ਼ੀਜ਼ ਆਲ ਓਵਰ ਵਰਲਡ ਦੇ ਵਿੱਚ ਪਹਿਚਾਣ ਬਣਾ ਸਕਦੇ ਹਨ ਅਤੇ ਪੰਜਾਬੀਆਂ ਦੀ ਇਹ ਫਰੈਂਚਾਈਜ਼ੀ ਜਿਹੜੀ ਹੈ ਕਿਉਂ ਨਹੀਂ ਪਹਿਚਾਣ ਬਣਾ ਸਕਦੀ ਅੱਜ ਖੁਦ ਆਪ ਕਾਟਰੇਟ ਨਿਊ ਜਰਸੀ ਦੀ ਇਸ ਲੋਕੇਸ਼ਨ ਦੇ ਵਿੱਚ ਗ੍ਰੈਂਡ ਓਪਨਿੰਗ ਦੇ ਵਿੱਚ ਉਹ ਖੁਦ ਪਹੁੰਚੇ ਹੋਏ ਨੇ ਲੈਟਸ ਟਾਕ ਟੂ ਹਰਪ੍ਰੀਤ ਸਿੰਘ ਦਹੀਆ ਦ ਫਾਊਂਡਰ ਐਂਡ CEO ਆਫ ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ ਭਾਅ ਜੀ ਪੂਰੇ ਅਮੈਰੀਕਾ ਦੇ ਵਿੱਚ ਟਵਿਸਟ ਲਾਉਣ ਤੋਂ ਬਾਅਦ ਤੜਕਾ ਲਾਉਣ ਤੋਂ ਬਾਅਦ ਹੁਣ ਕਾਟਰੇਟ ਯਾਨੀ ਕਿ ਪੰਜਾਬੀਆਂ ਦੇ ਸਿਆਸੀ ਗੜ ਪੰਜਾਬੀਆਂ ਦਾ ਲਿਟਲ ਪੰਜਾਬ ਇੱਥੇ ਟਵਿਸਟ ਲੱਗੇਗਾ ਕਿਵੇਂ ਮਹਿਸੂਸ ਕਰ ਰਹੇ ਹੋ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਸਾਰੇ ਭਾਈਚਾਰੇ ਨੂੰ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਸਤਿ ਸ਼੍ਰੀ ਅਕਾਲ ਵੀ ਸਾਰੇ ਜਾਣੇ ਨਹੀਂ ਪਹੁੰਚ ਸਕਦੇ ਟੀਮ ਸਾਡੀ ਬਹੁਤ ਵੱਡੀ ਆ ਇਟਸ ਬਰਾਡ ਐਂਡ ਅਸੀਂ ਹਮੇਸ਼ਾ ਪੰਜਾਬੀ ਕਮਿਊਨਿਟੀ ਦੇ ਬਹੁਤ ਰਣੀ ਆ ਕਿ ਜਿਨ੍ਹਾਂ ਦੇ ਕਰਕੇ ਇਹ ਨਾਮ ਜਿਹੜਾ ਅੱਗੇ ਚੱਲ ਰਿਹਾ ਹੈ ਕਿ ਸਾਰੀ ਕਮਿਊਨਿਟੀ ਦੀ ਕੰਟਰੀਬਿਊਸ਼ਨ ਆ ਐਂਡ ਵਰ ਜਸਟ ਪੁਸ਼ਿੰਗ ਦ ਰੋਇਲ ਕੋਚਿਸ ਰਾਈਟ ਬਿਹਾਈਂਡ ਇਟ ਕਾਟਰੇਡ ਇਜ਼ ਲਾਈਕ ਯੂ ਸੈਡ ਇਟਸ ਆਪਣਾ ਇਟਸ ਮਿੰਨੀ ਪੰਜਾਬ ਸੋ ਕਾਫੀ ਦੇਰ ਤੋਂ ਇੱਥੇ ਸਰਚ ਚੱਲ ਰਹੀ ਸੀ ਯੂ ਨੋ ਦਵਿੰਦਰ ਜਿਨ੍ਹਾਂ ਕੋਲ ਐਡੀਸਨ ਦੀ ਲੋਕੇਸ਼ਨ ਆ ਸੋ ਉਹਦਾ ਉਹਦਾ ਕਾਫੀ ਇੱਥੇ ਸ਼ੌਂਕ ਸੀ ਵੀ ਮੈਂ ਕਾਟਰੇਡ ਦੇ ਵਿੱਚ ਯੂ ਨੋ ਕਿ ਸਿੰਸ ਹੀ ਲਿਵਸ ਹੇਅਰ ਆਈ ਵਾਂਟਡ ਟੂ ਬ੍ਰਿੰਗ ਦਿਸ ਇਨ ਟੂ ਦ ਕਾਟਰੇਡ ਬਿਕੋਜ਼ ਆਪਣੀ ਕਮਿਊਨਿਟੀ ਆ ਸੋ ਐਂਡ ਦੇ ਆਰ ਮਿਸਿੰਗ ਦੈਟ ਯੂ ਨੋ ਇਟਸ ਅ ਡਿਸਟੈਂਸ ਫੋਰ ਦੈਮ ਟੂ ਐਡੀਸਨ ਸੋ ਇਹ ਕਾਫੀ ਟਾਈਮ ਲੱਗਾ ਸਾਨੂੰ ਵਿੱਚ ਕੋਵਿਡ ਕਰਕੇ ਡਿਲੇ ਹੋ ਗਿਆ ਇਟਸ ਬਿਨ 2 ਈਅਰਸ ਫੋਰ ਦ ਸਰਚ ਬਟ ਫਾਈਨਲੀ ਵੂਅਰ ਓਪਨ ਹੇਅਰ ਰੋਜ਼ਬਲਟ ਐਵੀਨਿਊ 1247 ਸਾਰਿਆਂ ਨੂੰ ਪਤਾ ਹੈ ਕਿ ਇੱਕ ਫਰੀ ਵੇ ਦੇ ਦੂਜੇ ਪਾਸੇ ਸ਼ਾਪ ਰਾਈਟ ਤੋਂ ਸੋ ਇਟਸ ਵੈਰੀ ਈਜ਼ੀ ਐਕਸੈਸੀਬਲ ਬਾਕੀ ਮੈਂ ਸਾਰੇ ਕਮਿਊਨਿਟੀ ਨੂੰ ਆਪਣੇ ਵੱਲੋਂ ਧੰਨਵਾਦ ਦੇ ਨਾਲ ਇਹ ਵੀ ਵੈਲਕਮ ਵੀ ਕਰਦਾ ਲਾਈਕ ਆਓ ਪੀਜ਼ਾ ਟਵਿਸਟ ਦੇ ਉੱਤੇ ਰਾਈ ਅਤੇ ਆ ਕੇ ਤੁਸੀਂ ਆਪਣੇ ਵੱਖ ਵੱਖ ਜਿਹੜੇ ਆ ਫਲੇਵਰ ਉਹਨਾਂ ਦਾ ਆਨੰਦ ਮਾਣੋ ਕਾਫੀ ਚੀਜ਼ਾਂ ਅਸੀਂ ਐਡ ਕਰਦੇ ਰਹਿੰਦੇ ਹਾਂ ਕਾਫੀ ਨਵੀਆਂ ਅਤੇ ਅਸੀਂ ਸਾਰਿਆਂ ਨੂੰ ਉਹ ਜੀ ਆਇਆਂ ਕਹਿੰਦੇ ਹਾਂ ਸੋ ਪਲੀਜ਼ ਵੈਲਕਮ ਐਂਡ ਦੈਨ ਯੂ ਨੋ ਕਮ ਐਂਡ ਟ੍ਰਾਈ ਵਿਦ ਯੋਰ ਫੈਮਿਲੀ ਐਂਡ ਹੈਲਪ ਦ ਕਮਿਊਨਿਟੀ ਆਲਸੋ ਹੈਲਪ ਦ ਲੋਕਲ ਫਰੈਂਚਾਈਜ਼ ਬਿਲਕੁਲ ਸੋ ਪੀਜ਼ਾ ਟਵਿਸਟ ਜਿਹੜਾ ਹੈਗਾ ਇਹ ਹੁਣ ਅਮੈਰੀਕਾ ਤੋਂ ਇਲਾਵਾ ਹੋਰ ਵੀ ਡਿਫਰੈਂਟ ਕੰਟਰੀਜ਼ ਦੇ ਵਿੱਚ ਜਾ ਰਿਹਾ ਉਹਦੇ ਬਾਰੇ ਵੀ ਜਾਣਾਂਗੇ ਆਈ ਵਿਲ ਡੈਫੀਨੇਟਲੀ ਵਾਂਟ ਦਵਿੰਦਰ ਸਿੰਘ ਟੂ ਕਮ ਕਲੋਜ਼ ਟੂ ਮੀ ਐਂਡ ਵਿਲ ਡੈਫੀਨੇਟਲੀ ਵਾਂਟ ਟੂ ਆਸਕ why he was interested here in Cartwright to open a new franchisee here in Little Punjab. Dovinder Singh, the franchisee owner for Cartwright and Edison location. Punjabi, apne itne din se introduction de hi deti hai. Te I don't think any more I need to say, but
मैं सारे इन्ना कहना चाहना भी आके साडे ट्राई करो. वी हैव मैनी फ्लेवर्स एंड वी हैव अ लॉट मोर टू ऑफर देन पीपल थिंक. वी हैव अ लॉट मोर फ्लेवर्स लाइक आई सेड. वी हैव तंदूरी, वी गॉट टिक्का, वी गॉट बटर, वी गॉट यू नो इंडियन वेजी दैट पीपल लव. कम टू आवर प्लेस एंड चेक इट आउट. It's a vegan, it's halal, it's gluten free, it's egg free, it's dairy free. So काफ़ी सारिया तुहानू ऑप्शन जिहड़ियां बकायदा मिलदी है इस लिटल पंजाब दे विच. देयर सम अदर कोलीग्स ने नाल, ओ किवें एक्साइटेड ने तुसीं वेख सकदे हो कि दे आर आल्सो एक्साइटेड फॉर दिस न्यू लोकेशन. हाय, हाउ आर यू, व्हाट्स योर नेम? I'm Sarampreet Badwal and I was very happy when we opened Chicago's Pizza. I'm getting training, still working on it. I really like working here. It's pretty fun. Get to meet all these wonderful people every day. And yeah, that's it. ਬਹੁਤ ਮਾਣ ਮਹਿਸੂਸ ਹੁੰਦਾ ਕਿਉਂਕਿ ਜਦ ਅਸੀਂ ਵੱਖ-ਵੱਖ ਹੋਰ ਅਮਰੀਕਨ ਫਰੈਂਚਾਈਜ਼ਸ ਨੂੰ ਵੇਖਦੇ ਹਾਂ ਤੇ ਇਸ ਪੀਜ਼ਾ ਟਵਿਸਟ ਦੀ ਖਾਸੀਅਤ ਕਿਉਂ ਅੱਗੇ ਵਧ ਰਹੀ ਹੈ. ਕਾਰਨ ਇਹ ਹੈਗਾ ਕਿ ਇਹ ਆਪਣੀ ਕਮਿਊਨਿਟੀ ਦੇ ਵਿੱਚ ਵੀ ਜੌਬ ਕ੍ਰੀਏਟ ਕਰ ਰਿਹਾ ਔਰ ਇਹ ਵਿਨ ਵਿਨ ਸਿਚੁਏਸ਼ਨ ਲੈ ਕੇ ਆ ਰਿਹਾ ਜਿਹੜੇ ਵੈਂਡਰਸ ਨੇ ਉਹਨਾਂ ਦੇ ਲਈ ਔਰ ਜਿਹੜੇ ਨੌਜਵਾਨ ਜਾਂ ਫਿਰ ਜਿਹੜੀ ਯੰਗ ਜਨਰੇਸ਼ਨ ਹੈ ਜਿਹੜੀ ਕੰਮ ਕਰਨਾ ਚਾਹੁੰਦੀ ਹੈ ਉਹਨਾਂ ਲਈ ਵੀ ਜੌਬਸ ਕ੍ਰੀਏਟ ਕਰ ਰਿਹਾ ਆਲ ਓਵਰ ਅਮਰੀਕਾ ਦੇ ਵਿੱਚ. ਹੋਰ ਵੀ ਜਿਹੜੇ ਨੌਜਵਾਨ ਨੇ ਉਹ ਕਿਉਂ ਐਕਸਾਈਟਿਡ ਨੇ, ਕਿਉਂ ਮੋਟੀਵੇਟ ਨੇ to work for Pizza Twist? Hi, what's your name? Hi, I'm Jaskaran Varo. What do you have to say for Pizza Twist? You're getting a good training? Yeah, I've been training since April and I'm excited. What's your age? 14. Wow! 14 ਸਾਲ ਦੀ ਉਮਰ ਦੇ ਵਿੱਚ ਦੇਖ ਲਓ ਜਜ਼ਬਾ ਹੈਗਾ ਇੱਥੇ ਟ੍ਰੇਨਿੰਗ ਲੈਣ ਦਾ, ਕਿਉਂਕਿ ਇਹ ਸੋਚ ਜਿਹੜੀ ਸੀਗੀ ਬੜੀ ਇੰਪੋਰਟੈਂਟ ਸੀਗੀ ਜਿਹੜੇ ਇਹਨਾਂ ਦੇ ਫਾਊਂਡਰਸ ਨੇ. ਸਾਡੇ ਨਾਲ ਹੋਰ ਵੀ ਜਿਹੜੇ ਇਹਨਾਂ ਦੇ ਕੁਲੀਗਸ ਨੇ ਉਹ ਵੀ ਮੌਜੂਦ ਨੇ. ਸਤਿ ਸ਼੍ਰੀ ਅਕਾਲ ਅੰਕਲ ਜੀ, ਕੀ ਨਾਮ ਹੈ ਤੁਹਾਡਾ? ਸਭ ਤੋਂ ਪਹਿਲਾਂ ਸਾਰੇ ਵੀ ਜਿੰਨੇ ਇੱਥੇ ਆਏ ਆ, ਸਾਰੇ ਸਰੋਤੇ ਜਿੰਨੇ ਵੀ ਸਾਡੀ ਇਹ ਗੱਲ ਜਾਣੀ ਆ, ਸਾਰੇ ਪੰਜਾਬ, ਪੂਰੇ ਪੰਜਾਬ ਕਾਰਟਰੇਟ ਪੰਜਾਬ ਬਣਿਆ ਹੋਇਆ, ਪੂਰੇ ਜਿਹੜੀ ਹੈਗੀ ਆ ਵਰਲਡ 'ਚ ਇੱਥੋਂ ਆਵਾਜ਼ ਜਾਣੀ ਆ ਤੁਹਾਡੀ, ਕਿਉਂਕਿ ਤੁਹਾਡਾ ਟੀ ਵੀ ਆ ਉਹਨੂੰ ਮਾਣ ਮੱਤਾ ਇੱਥੋਂ ਦਾ ਜਿਹੜਾ ਲੋਕਾਂ ਨੇ ਮਤਲਬ ਮਾਣ ਮੱਤਾ ਤੁਹਾਡਾ ਜਿਹੜਾ ਨਾਂ ਚੱਲਿਆ ਗਿਆ ਉਹ ਸਾਰੀ ਦੁਨੀਆ ਚੱਲਿਆ ਗਿਆ. ਪਹਿਲਾਂ ਜਿਹੜਾ ਪੀਜ਼ਾ ਸਟਾਰਟ ਕੀਤਾ ਸੀ 2019 'ਚ ਉਹਦੀ ਇੰਨੀ ਚੜ੍ਹਾਈ ਹੋਈ ਆ, ਅੱਜ ਉੱਥੇ ਜਿਹੜਾ ਹੈਗਾ ਹਰ ਬੰਦਾ ਜਿਹੜਾ ਹੈਗਾ ਉਹਦਾ ਉਹ ਕਹਿੰਦਾ ਵੀ ਅਸੀਂ ਜੇ ਪੰਜਾਬੀਆਂ ਦਾ ਖਾਣਾ ਨਾਲ ਆ ਤਾਂ ਗੋਰਿਆਂ ਦਾ ਖਾਣਾ ਵੀ. ਗੋਰਿਆਂ ਦਾ ਖਾਣਾ ਕੀ ਆ ਅਤੇ ਪੰਜਾਬੀਆਂ ਦਾ ਖਾਣਾ, ਅਸੀਂ ਅੱਡ ਕਰਕੇ ਵੇਖ ਲਿਆ. ਚਿਕਨ ਇੱਕ ਪਾਸੇ ਆ, ਜਿਹੜਾ ਪੰਜਾਬੀ ਖਾਣਾ ਉਹ ਇੱਕ ਪਾਸੇ ਆ. ਓਵਨ ਦੋ ਨੇ, ਇੱਕ ਜਿਹੜਾ ਹੈਗਾ ਚਿਕਨ ਵਾਲਾ, ਜਿਹੜਾ ਨੌਨ ਵੈਜ ਆ ਇੱਕ ਵੈਜ. ਇਹ ਜਿਹੜਾ ਹੈਗਾ ਲੋਕਾਂ 'ਚ ਬੜੀ ਮਤਲਬ ਇਹ ਗੱਲ ਗਈ ਆ. ਇਹੀ ਸੋਚ ਕੇ ਉਸ ਵੀ ਮਨ ਤੋਂ ਦਵਿੰਦਰ ਨੇ ਸੋਚ ਲਿਆ ਸੀ ਬਈ ਅਸੀਂ ਇੱਥੇ ਹੀ ਨਹੀਂ, ਅਸੀਂ ਕਾਰ ਟ੍ਰੇਡ ਜਿਹੜਾ ਹੈਗਾ ਮਿੰਨੀ ਪੰਜਾਬ ਆ ਇੱਥੇ ਦਾ ਜਰਸੀ ਦਾ, ਉੱਥੇ ਵੀ ਜਿਹੜਾ ਹੈਗਾ ਪੀਜ਼ਾ ਖੋਲ੍ਹਣਾ ਆ ਜਿਹੜਾ ਹੈਗਾ ਮੌਕਾ ਮਿਲਿਆ. ਜਿਹੜਾ ਪੀਜ਼ਾ ਟਵੈਸਟ ਜਿਹੜਾ ਹੈਗਾ ਅੱਜ ਅਸੀਂ ਦੇ ਰਹੇ ਹਾਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ, ਕਾਟਰੇ ਦੇ ਵਾਸੀਆਂ ਨੂੰ ਅਸੀਂ ਵਧਾਈ ਦਿੰਦੇ ਹਾਂ ਕਿ ਤੁਹਾਨੂੰ ਇਹ ਮਾਣ ਮਿਲਿਆ ਅਤੇ ਸਾਨੂੰ ਵੀ ਮਾਣ ਮਿਲਿਆ. ਇਸ ਮਾਣ ਨੂੰ ਹੋਰ ਉੱਚਾ ਲੈ ਕੇ ਇਸ ਨੂੰ ਅੱਗੇ ਵਧਾਓਗੇ. ਸਾਰਿਆਂ ਦਾ ਧੰਨਵਾਦ. ਸਤਿ ਸ਼੍ਰੀ ਅਕਾਲ ਜੀ, ਵਟਸ ਯੂਰ ਨੇਮ? ਹਰਵਿੰਦਰ ਕੌਰ. ਹਰਵਿੰਦਰ, ਡੈਫੀਨੇਟਲੀ ਵਾਂਟ ਟੂ ਨੋ ਅਬਾਊਟ ਪੀਜ਼ਾ ਟਵਿਸਟ. ਵਟ ਯੂ ਥਿੰਕ ਦੀ ਯੂ ਐਸ ਪੀਜ਼ ਔਫ ਪੀਜ਼ਾ ਟਵਿਸਟ? ਓਕੇ, ਪੀਜ਼ਾ ਟਵਿਸਟ ਅਸੀਂ ਖੋਲ੍ਹਿਆ ਸੀ 2019 'ਚ ਇਨ ਐਰਿਸਨ. ਸੋ ਆਈ ਟੇਸਟਡ ਇਟ ਈਅਰ ਬਿਫੋਰ. ਅਸੀਂ ਹੋਰ ਕਿਸੇ ਪਾਸੇ ਦੇਖੀਏ ਜ਼ਿਆਦਾ. ਮੀ ਐਂਡ ਮਾਈ ਹਸਬੈਂਡ ਅਸੀਂ ਕੋਈ ਬਿਜ਼ਨਸ ਖੋਲ੍ਹਣਾ ਚਾਹੁੰਦੇ ਸੀ. ਜਦੋਂ ਮੈਂ ਪਹਿਲੀ ਵਾਰੀ ਖਾਧਾ ਨਾ, ਮੈਂ ਕਿਹਾ ਦਿਸ ਪੀਜ਼ਾ ਹੈਜ਼ ਟੂ ਬੀ ਇਨ ਨਿਊ ਜਰਸੀ. ਪਤਾ ਨਹੀਂ ਕਿੱਥੇ ਹੋਊਗਾ ਪਰ ਹੋਊਗਾ. ਤਾਂ ਖੋਲ੍ਹਣਾ ਉਹ ਵੀ ਅਸੀਂ ਆ, ਬਿਕੋਜ਼ ਅਸੀਂ ਪਹਿਲੀ ਵਾਰੀ ਬਹੁਤ ਸਵਾਦ ਸਾਨੂੰ ਲੱਗ ਗਿਆ ਸੀ. ਸੋ ਸਾਨੂੰ ਬਹੁਤ ਟਾਈਮ ਲੱਗਿਆ ਜਗ੍ਹਾ ਲੱਭਣ ਨੂੰ. ਪਹਿਲਾਂ ਤਾਂ ਅਸੀਂ ਕੋਸ਼ਿਸ਼ ਕਰਦੇ ਸੀ ਅਤੇ ਕਾਰਟਡ ਖੋਲ੍ਹਣ ਨੂੰ, ਬਟ ਇਟਸ ਲਾਟ ਆਫ ਲੋਜਿਸਟਿਕਸ. ਜਗ੍ਹਾ ਲੱਭਣ ਨੂੰ, ਲੀਸ ਲੈਣ ਨੂੰ, ਬਹੁਤ ਕੁਛ ਕੰਮ ਹੁੰਦਾ. ਬਿਜ਼ਨਸ ਖੋਲ੍ਹਣਾ ਇੰਨਾ ਸੌਖਾ ਨਹੀਂ ਖੁੱਲ੍ਹਦਾ. ਸੋ ਅਸੀਂ ਐਰਸਨ ਪਹਿਲਾਂ ਖੋਲ੍ਹਿਆ, ਫਿਰ ਵੀ ਆਹ ਜਗ੍ਹਾ ਲੱਭਣ ਨੂੰ ਇਟ ਟੁੱਕ ਅਸ 2 ਈਅਰਸ. ਨਹੀਂ ਤਾਂ ਅਸੀਂ ਪਿਛਲੇ ਸਾਲ ਖੋਲ੍ਹ ਦੇਣਾ ਸੀ, ਕਰੋਨਾ ਹੋ ਗਿਆ, ਹੁਣ ਅਸੀਂ ਆ ਗਏ. ਹੁਣ ਅਸੀਂ ਆ ਗਏ, ਹੁਣ ਅਸੀਂ 15 ਸਾਲ ਅਸੀਂ ਇੱਥੇ ਹੀ ਹਾਂ. ਹੁਣ ਆ ਗਏ, ਹੁਣ ਜਾਣਾ ਨਹੀਂ, ਹੁਣ ਨਹੀਂ ਅਸੀਂ ਜਾਣਾ. ਹੁਣ ਸਾਡੇ ਐਰਸਨ ਬਹੁਤ ਲੋਕ ਆਉਂਦੇ ਆ, ਕਹਿੰਦੇ ਤੁਸੀਂ ਕਾਰਡਡ ਕਿਉਂ ਨਹੀਂ ਖੋਲ੍ਹਿਆ? ਮੈਂ ਕਿਹਾ ਅਸੀਂ ਖੋਲੂਗੇ, ਅਸੀਂ ਖੋਲੂਗੇ. ਕਹਿੰਦੇ ਕਾਰਡ, ਮੈਂ ਕਿਹਾ ਮੈਂ ਆਪ ਕਾਰਡਡ ਰਹਿੰਦੀ ਹਾਂ, ਮੈਨੂੰ ਪਤਾ ਸਾਰਿਆਂ ਨੂੰ ਬਹੁਤ ਸ਼ੌਂਕ ਆ ਇੱਥੇ ਖੋਲ੍ਹਣ ਨੂੰ. ਤਾਂ ਹੁਣ ਅਸੀਂ ਆ ਗਏ, ਹੁਣ ਤੁਸੀਂ ਵੀ ਆ ਜਾਓ ਸਾਡੇ ਕੋਲ ਤਾਂ ਸਾਡਾ ਪੀਜ਼ਾ ਖਾਓ. ਬਿਲਕੁਲ, ਤੁਸੀਂ ਆਰਡਰ ਵੀ ਕਰ ਸਕਦੇ ਹੋ. ਟੀਵੀ ਸਕਰੀਨ 'ਤੇ ਇਸ ਟਾਈਮ ਨੰਬਰ ਚੱਲ ਰਿਹਾ ਥੱਲੇ, ਤੁਸੀਂ ਇਸ ਕਾਰਟਡ ਦੀ ਲੋਕੇਸ਼ਨ ਦੇ ਉੱਤੇ ਆਰਡਰ ਕਰ ਸਕਦੇ ਹੋ. ਕੀ ਪੀਜ਼ਾ ਨੇ ਜਿਹੜੇ ਵੈਜੀ ਖਾਣਾ ਚਾਹੁੰਦੇ ਹੋ? ਵਟ ਚੋਇਸਿਸ ਦੇ ਹੈਵ? ਸੋ ਮੋਸਟ ਪਾਪੂਲਰ ਪੀਜ਼ਾ ਇਜ਼ ਪਨੀਰ ਟਿੱਕਾ ਮਸਾਲਾ, ਪਰ ਉਸ ਤੋਂ ਬਗੈਰ ਵੀ ਹੈਵ ਕਰੀ ਮਸਾਲਾ ਇਜ਼ ਵੈਰੀ ਗੁੱਡ. ਆਈ ਲਾਈਕ ਪਾਲਕ ਪਨੀਰ, ਇਫ ਪੀਪਲ ਲਾਈਕ ਪਾਲਕ ਪਨੀਰ ਪੀਜ਼ਾ. ਬਟ ਅਸਾਈਡ ਫਰਮ ਪੀਜ਼ਾ, ਸਾਡੇ ਕੋਲ ਬ੍ਰੈਡ ਸਟਿਕਸ, ਇੰਡੀਅਨ ਮਸਾਲਾ ਬ੍ਰੈਡ ਸਟਿਕਸ ਬਹੁਤ ਸਵਾਦ ਹੁੰਦੀ ਆ. ਵੀ ਆਲਸੋ ਹੈਵ ਵਿੰਗਸ, ਵੀ ਹੈਵ ਵੈਜੀਟੇਰੀਅਨ ਵਿੰਗਸ, ਵੀ ਆਲਸੋ ਹੈਵ ਹਲਾਲ ਵਿੰਗਸ, ਵੀ ਹੈਵ ਪਾਸਤਾ, ਵੀ ਹੈਵ ਸਮੋਸਾਸ, ਵੀ ਹੈਵ ਪਨੀਰ ਪਕੌੜੇ, ਵੀ ਹੈਵ ਅ ਲਾਟ ਆਫ ਅਦਰ ਥਿੰਗਸ ਅਸਾਈਡ ਜਸਟ ਫਰਮ ਪੀਜ਼ਾ. ਸੋ ਵਟ ਐਵਰ ਯੂ ਵਾਂਟ, ਆਮ ਸ਼ੋਰ ਵੀ ਕੈਨ ਹੈਵ ਇਟ. ਨਾਲ ਸਾਡਾ ਪੀਜ਼ਾ ਫਰੈਸ਼ ਬਣਦਾ. ਜੇ ਤੁਸੀਂ ਗੰਡੇ ਨਹੀਂ ਲੈਣੇ, ਜੇ ਤੁਸੀਂ ਮਸ਼ਰੂਮ ਨਹੀਂ ਖਾਣਾ, ਅਸੀਂ ਜਿੱਦਾਂ ਤੁਸੀਂ ਚਾਹੁੰਦੇ ਅਸੀਂ ਉੱਦਾਂ ਹੀ ਬਣਾ ਸਕਦੇ ਹਾਂ. ਬਿਲਕੁਲ, ਕਹਿ ਦਿਓ ਫਿਰ ਫੋਨ ਘੁਮਾਓ ਅਤੇ ਆ ਜਾਓ. ਯਾ, 732-802-7676.
बिल्कुल जी, इस नंबर पर फोन घुमाओ तो कार्ट्रेट की जी लोकेशन पर आ जाओ। दविंदर भाजी जरूर जाना चाहवागे, जिमें अंकल जी होरां ने दस्सिया कि यह पंजाबियों का गढ़ है और तुहाडा बड़ा ड्रीम सीगा कि इत्थे खुलना चाहिए। पंजाबियों के लिए जेकर कोई आउंदा है इस पूरे मंथ के विच की स्पैशल ऑफर्स है उन्होंने लिए? वेल, वी हैव अ डील गोइंग ऑन राइट नाउ, जो अपने एक लार्ज लेने तो समॉल फ्री है नाल। ये असी तां कीता वी तुहानू डिफरेंट फ्लेवर देईए, असीं लार्ज दवांगे जी तुसीं लैने पनीर टिक्का, तो वी सजेस्ट दैट यू टेक तंदूरी पनीर विद इट सो यू टेस्ट बोथ सॉसेस। एंड देन अदर देन दैट वी हैव अ लॉट ऑफ वीगन स्टफ, लॉट ऑफ यंग जनरेशन दे गोइंग टू समथिंग हेल्थियर, दे लुकिंग फॉर, वी हैव वीगन चीज, वी हैव अ प्लांट बेस्ड फूड लाइक चिकन एंड स्टफ, वी हैव कॉलीफ्लावर क्रस्ट, stuff like that we have, you know, our menu is very big. Yeah. Come here at our location and check it out. Devinder, definitely I want to know about little bit about your background before, what you was doing and now you came suddenly to this business. Well, I did trucking and I shut that down because I wanted to grow this. I wanted to get more locations out and I wanted to do more with the company, because company itself, you know, Mr. Daya, I know the guy and very down to earth. I wanted to work with him and work with the company to grow. And I had the first location in Edison, like my wife said, and second, this will be the second. There will be many more that's coming. And I have a friend of mine from Jersey City, Sunny, and he opened up in Jersey City, and he's looking to open a lot more also. So you're going to see Pizza Twist, a lot more locations coming up pretty soon. ਬਿਲਕੁਲ ਸੋ ਕਹਿਣ ਦਾ ਭਾਵ ਹੈ ਕਿ ਇਸ ਸ਼ੋਅ ਦੇ ਵਿੱਚ ਅਸੀਂ ਜ਼ਰੂਰ ਤੁਹਾਨੂੰ ਦੱਸਦੇ ਵੀ ਹਾਂ, ਡਜ਼ਨਟ ਮੈਟਰ ਕਿ ਤੁਸੀਂ ਕਿਸ ਬਿਜ਼ਨਸ ਦੇ ਵਿੱਚ ਹੋ, ਐਂਡ ਯੂ ਡੈਫੀਨੇਟਲੀ ਵਾਂਟ ਟੂ ਗਰੋ ਐਂਡ ਯੂ ਵਾਂਟ ਟੂ ਕਮ ਇਨ ਟੂ ਹੋਸਪਿਟੈਲਿਟੀ ਐਂਡ ਯੂ ਵਾਂਟ ਟੂ ਕਮ ਇਨ ਟੂ ਅ ਫੂਡ ਬਿਜ਼ਨਸ, ਦਿਸ ਇਜ਼ ਅ ਗੁੱਡ ਆਪਸ਼ਨ। ਥੱਲੇ ਕਾਰਪੋਰੇਟ ਆਫਿਸ ਦਾ ਵੀ ਨੰਬਰ ਚੱਲ ਰਿਹਾ, ਜੇਕਰ ਤੁਸੀਂ ਹਰਪ੍ਰੀਤ ਸਿੰਘ ਦਈਆ ਹੋਰਾਂ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ, ਤੁਸੀਂ ਆਪਣੀ ਸਟੇਟ ਦੇ ਵਿੱਚ ਜਾਂ ਫਿਰ ਤੁਸੀਂ ਆਲ ਓਵਰ ਅਮੈਰੀਕਾ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਆਪਣੀ ਫਰੈਂਚਾਈਜ਼ੀ ਖੋਲ੍ਹਣਾ ਚਾਹੁੰਦੇ ਹੋ, ਭਾਵੇਂ ਤੁਸੀਂ ਓਹਾਇਓ ਰਹਿੰਦੇ ਹੋ, ਸ਼ਿਕਾਗੋ ਰਹਿੰਦੇ ਹੋ, ਡਿਮੋਇਸ ਰਹਿੰਦੇ ਹੋ, ਕੈਂਸਸ ਰਹਿੰਦੇ ਹੋ, ਯੂਟਾ ਰਹਿੰਦੇ ਹੋ, ਕੋਲੋਰਾਡੋ ਰਹਿੰਦੇ ਹੋ, ਰੀਨੋ ਰਹਿੰਦੇ ਹੋ, ਸੈਕਰਾਮੈਂਟੋ ਰਹਿੰਦੇ ਹੋ, ਯੂਬਾ ਸਿਟੀ ਰਹਿੰਦੇ ਹੋ, ਫ੍ਰੈਸਨੋ ਰਹਿੰਦੇ ਹੋ, ਬੇਕਰਸਫੀਲਡ ਰਹਿੰਦੇ ਹੋ, ਐਲਏ ਰਹਿੰਦੇ ਹੋ, ਫੀਨਿਕਸ ਐਰੀਜ਼ੋਨਾ ਜਾ ਰਹਿੰਦੇ ਹੋ, ਨਾਰਥ ਕੈਰੋਲੀਨਾ ਰਹਿੰਦੇ ਹੋ, ਸਾਊਥ ਕੈਰੋਲੀਨਾ ਰਹਿੰਦੇ ਹੋ, ਜਿੱਥੇ ਕਿੱਥੇ ਵੀ ਤੁਸੀਂ ਰਹਿੰਦੇ ਹੋ, ਤੁਸੀਂ ਇਸ ਫਰੈਂਚਾਈਜ਼ੀ ਨੂੰ ਜਿਹੜਾ ਹੈਗਾ ਬਕਾਇਦਾ ਖੋਲ ਸਕਦੇ ਹੋ। ਭਾਈ ਸਤਿ ਸ਼੍ਰੀ ਅਕਾਲ ਬੱਚੇ ਨੇ, ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ, ਅਤੇ ਕੀ ਕਹਿਣਾ ਚਾਹੋਗੇ ਇਸ ਫਰੈਂਚਾਈਜ਼ੀ ਬਾਰੇ? ਠੀਕ ਹੈ ਵੀ ਆਪਾਂ ਰਲ ਕੇ ਇੱਥੇ ਖੋਲਿਆ ਵੀ ਆ, ਸਾਰੇ ਆਓ ਅਤੇ ਆਪਣਾ ਸਹਿਯੋਗ ਦਿਓ ਸਾਨੂੰ ਸਾਰਿਆਂ ਨੂੰ। ਹਾਂਜੀ, ਇਹਨਾਂ ਦੇ ਗੈਸਟ ਪਹੁੰਚੇ ਨੇ, ਉਹਨਾਂ ਤੋਂ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ। ਅੰਕਲ ਸਤਿ ਸ਼੍ਰੀ ਅਕਾਲ, ਕੀ ਨਾਂ ਤੁਹਾਡਾ? ਮੇਰਾ ਨਾਮ ਬਰਜਿੰਦਰ ਸਿੰਘ ਔਜਲਾ ਜੀ। ਕਿੰਨੇ ਖੁਸ਼ ਹੋ ਕਿ ਕਾਰਟਰੇਟ ਦੇ ਵਿੱਚ ਲੋਕੇਸ਼ਨ ਖੁੱਲ੍ਹ ਗਈ? ਬਹੁਤ ਜ਼ਿਆਦਾ ਖੁਸ਼ ਹਾਂ, ਖਾਸ ਤੌਰ 'ਤੇ ਇਸ ਤੋਂ ਕਿ ਸਾਡੀ ਕਮਿਊਨਿਟੀ ਦੇ ਵਿੱਚ ਸਾਡਾ ਭਾਈਚਾਰਾ ਜਿਹੜਾ ਅੱਗੇ ਵੱਧ ਰਿਹਾ ਕਿਸੇ ਵੀ ਬਿਜ਼ਨਸ ਦੇ ਵਿੱਚ, ਅਤੇ ਬਹੁਤ ਖੁਸ਼ੀ ਹੁੰਦੀ ਹੈ ਇਸ ਤਰੀਕੇ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਕੀ ਆਰਡਰ ਕਰੋਗੇ ਅੱਜ ਤੁਸੀਂ ਇੱਥੋਂ ਦੀ? ਹਾਂਜੀ, ਪੀਜ਼ਾ ਖਾਵਾਂਗੇ। ਕਿਹੜੀ ਪੀਜ਼ਾ ਖਾਓਗੇ ਜੀ? ਲਓ ਜੀ, ਲਓ, ਵੈਜੀ ਪੀਜ਼ਾ ਖਾਣਾ ਹੈ। ਅੱਛਾ ਲੱਗਦਾ ਤੁਹਾਨੂੰ ਇਹ ਪੀਜ਼ਾ? ਅੱਛਾ, ਬਹੁਤ ਲੱਗਦਾ। ਕਿਉਂ ਅੱਛਾ ਲੱਗਦਾ? ਸਾਡੇ ਪੁੱਤਾਂ ਨੇ ਖੋਲਿਆ ਉਹਨਾਂ ਕਰਕੇ, ਇਸ ਕਰਕੇ ਸਾਨੂੰ ਬਹੁਤ ਪਿਆਰਾ ਲੱਗਦਾ, ਨਾਲੇ ਸਾਡੀ ਸਾਰੀ ਕਮੇਟੀ ਦੇ ਵਿੱਚ ਖੁੱਲਿਆ ਜਾ ਕੇ। ਦੇਖੋ ਜੀ, ਬੱਚਾ ਬਿਜ਼ਨਸ ਦੇਖ ਕੇ ਤਾਂ ਖੁਸ਼ੀ ਹੁੰਦੀ ਮਾਵਾਂ ਨੂੰ। ਕੀ ਬਾਤ ਹੈ ਜੀ। ਸੋ ਇਸੇ ਬਿਜ਼ਨਸ ਨੂੰ ਅੱਗੇ ਵਧਾਉਣ ਲਈ ਜਿਹੜਾ ਹੈਗਾ ਪੀਜ਼ਾ ਟਵਿਸਟ ਤਿਆਰੀ ਕਰ ਰਿਹਾ। ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ, ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਅਸੀਂ ਇਸ ਪ੍ਰੋਗਰਾਮ ਨੂੰ ਰੱਖਾਂਗੇ ਇਸੇ ਤਰੀਕੇ ਨਾਲ ਜਾਰੀ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬਿਜ਼ਨਸ ਆਫ ਦਾ ਵੀਕ ਸੀਜ਼ਨ 2 ਦੇ ਵਿੱਚ। ਅੱਜ ਟੀਮ ਪਹੁੰਚੀ ਹੋਈ ਹੈ ਜੀ ਪੀਜ਼ਾ ਟਵਿਸਟ ਕਾਰਟਰੇਟ ਦੀ, ਜਿਹੜੀ ਹੈ ਨਵੀਂ ਫਰੈਂਚਾਈਜ਼ੀ ਹੈ, ਇਹ ਕਿਵੇਂ ਹੁਣ ਮੱਲਾ ਮਾਰੇਗੀ ਆਉਣ ਵਾਲੇ ਸਮੇਂ ਦੇ ਵਿੱਚ। ਐਂਡ ਜਿਹੜੀ ਇਹ ਸ਼ਖਸੀਅਤਾਂ ਹਨ ਇਸ ਟਾਈਮ ਮੇਰੇ ਨਾਲ ਖੜੀਆਂ ਹੋਈਆਂ ਹਨ, ਇਹਨਾਂ ਵਿੱਚੋਂ ਇਹ ਸਾਰੇ ਫਰੈਂਚਾਈਜ਼ ਓਨਰਸ ਨੇ। ਇੱਕ ਨਵੀਂ ਲੋਕੇਸ਼ਨ ਜਿਹੜੀ ਹੈ ਉਹ ਆਉਣ ਵਾਲੀ ਹੈ, ਇਹ ਨੌਜਵਾਨ ਤੁਸੀਂ ਵੇਖ ਰਹੇ ਹੋ ਇਸ ਉਮਰ ਦੇ ਵਿੱਚ, ਹੀ ਇਜ਼ ਵੈਰੀ ਮੱਚ ਐਕਸਾਈਟਿਡ ਟੂ ਹੈਵ ਅ ਨਿਊ ਲੋਕੇਸ਼ਨ ਇਨ ਨਿਊ ਜਰਸੀ। ਉਹ ਕਿੱਥੇ ਆਏਗੀ ਉਹ ਵੀ ਦੱਸਦੇ ਹਾਂ। ਦੈਨ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਨੂੰ ਹਮੇਸ਼ਾ ਮੈਂ ਕਹਿੰਦਾ ਇਹ ਬ੍ਰਾਂਡ ਅੰਬੈਸਡਰ ਨੇ, ਕਿਉਂਕਿ ਜਿਸ ਤਰੀਕੇ ਦੀ ਪਰਸਨੈਲਿਟੀ ਹੈ ਇਹ ਫਰੈਂਚਾਈਜ਼ੀ ਦੇ ਵਿੱਚ ਕੋਲੀਗ ਘੱਟ, ਮੈਨੂੰ ਮਾਡਲ ਜ਼ਿਆਦਾ ਲੱਗਦੇ ਨੇ, ਐਂਡ ਦੈਟਸ ਵਾਈ ਹੀ ਇਜ਼ ਦੀ ਬ੍ਰਾਂਡ ਅੰਬੈਸਡਰ। ਔਰ ਇਹ ਕੁਲਦੀਪ ਭਾਅ ਜੀ ਵੀ ਇੱਥੇ ਪਹੁੰਚੇ ਨੇ, ਬਕਾਇਦਾ ਨਿਊਯਾਰਕ ਦੀ ਜਿਹੜੀ ਫਰੈਂਚਾਈਜ਼ੀਜ਼ ਨੇ ਉਹਨਾਂ ਦੇ ਓਨਰਸ ਨੇ। ਦਵਿੰਦਰ ਸਿੰਘ ਜੋ ਕਿ ਇਸ ਫਰੈਂਚਾਈਜ਼ੀ ਨੂੰ ਬਕਾਇਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਚਾਰ ਚੰਦ ਲਾਉਣਗੇ। ਸਨੀ ਭਾਅ ਜੀ ਇੱਥੇ ਮੌਜੂਦ ਨੇ, ਐਡੀਸਨ ਦੀ ਜਿਹੜੀ ਲੋਕੇਸ਼ਨ ਹੈ। ਸੋ ਹਰਪ੍ਰੀਤ ਸਿੰਘ ਦਈਆ ਹੋਰਾਂ ਦੀ ਸੋਚ ਕਿਉਂ ਰਹੀ ਕਿ ਆਪਾਂ ਜਿਹੜੇ ਯੰਗ ਆਂਟਰਪ੍ਰੀਨੋਰਸ ਨੇ ਉਹਨਾਂ ਨੂੰ ਟੀਮ ਦੇ ਵਿੱਚ ਲੈ ਕੇ ਆਈਏ, ਤਾਂ ਕਿ ਜਿਹੜੀ ਅਪਲਿਫਟਮੈਂਟ ਦੀ ਗੱਲ ਹੁੰਦੀ ਹੈ, ਯੂਥ ਜਿਹੜੇ ਸਾਡੇ ਆਈਕਨਸ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਣਨ, ਤਾਂ ਕਿ ਸਾਡਾ ਆਪ ਦਾ ਜਿਹੜਾ ਇਹ ਪੰਜਾਬੀਆਂ ਦੀ ਫਰੈਂਚਾਈਜ਼ੀ ਹੈ, ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੁਲੰਦੀਆਂ ਦੀਆਂ ਪੌੜੀਆਂ ਦੇ ਵੱਲ ਚੜ੍ਹੇ। ਦਿਸ
young folk why he is very much excited for new location and kis tarike naal unnu lagya ki main jehdi pizza twist ya franchise nu lavan where you're planning your new location ਸਤਿ ਸ਼੍ਰੀ ਅਕਾਲ ਜੀ ਅਸੀਂ ਚੈਰੀ ਹਿੱਲ ਨਿਊ ਜਰਸੀ ਦੇ ਵਿੱਚ ਪਲਾਨ ਕਰਦੇ ਹਾਂ ਖੋਲ੍ਹਣੀ ਹਜੇ ਅਸੀਂ ਲੋਕੇਸ਼ਨ ਲੱਭਦੇ ਹਾਂ ਕਿੱਥੇ ਖੋਲ੍ਹਣੀ ਹੈ ਐਂਡ ਤੁਹਾਨੂੰ ਪਤਾ ਹੀ ਹੈ ਇਹ ਵੈਰੀ ਗੁੱਡ ਫਰੈਂਚਾਈਜ਼ ਆਪਣੇ ਪੰਜਾਬੀਆਂ ਦੀ ਉਸ ਕਰਕੇ ਅਸੀਂ ਉੱਥੇ ਪੰਜਾਬੀ ਕਮਿਊਨਿਟੀ ਆਪਣੀ ਹੈਗੀ ਆ ਕਾਫੀ ਉੱਥੇ ਖੋਲ੍ਹਣ ਦੀ ਟਰਾਈ ਕਰਦੇ ਹਾਂ ਵਟਸ ਯੋਰ ਏਜ ਮੈਂ 18 ਇਅਰਸ ਓਲਡ ਵਾਓ ਇਨ 18 ਇਅਰਸ ਵਾਈ ਯੂ ਵਾਂਟ ਟੂ ਬੀ ਦੀ ਆਂਟਰਪ੍ਰੀਨਰ ਐਂਡ ਵਾਈ ਯੂ ਵਾਂਟ ਟੂ ਓਪਨ ਦਿਸ ਪੀਜ਼ਾ ਟਵਿਸਟ ਲੋਕੇਸ਼ਨ ਇਟਸ ਆਰ ਫੈਮਲੀ ਬਿਜ਼ਨਸ ਅਸੀਂ ਸਾਰਿਆਂ ਨੇ ਖੋਲ੍ਹਣਾ ਫੈਮਲੀ ਨੇ ਮਿਲ ਕੇ ਸਾਰੇ ਕੰਮ ਕਰਿਆ ਕਰਾਂਗੇ ਉੱਥੇ ਬਸ ਇੱਕ ਨਿਊ ਅਪਰਚੁਨਿਟੀ ਸੀਗੀ ਦੇਖ ਲਓ ਜੀ ਬਿਜ਼ਨਸ ਆਫ ਦਾ ਵੀਕ ਸੀਜ਼ਨ 2 ਦੇ ਵਿੱਚ 18 ਸਾਲ ਦਾ ਨੌਜਵਾਨ ਆਂਟਰਪ੍ਰੀਨੋਰ ਬਣਨਾ ਚਾਹੁੰਦਾ ਪੀਜ਼ਾ ਟਵਿਸਟ ਦੀ ਆ ਫਰੈਂਚਾਈਜ਼ ਜਿਹੜੀ ਹੈ ਲੈਣਾ ਚਾਹੁੰਦਾ ਔਰ ਕਹਿਣਾ ਚਾਹੁੰਦਾ ਕਿ ਮੈਂ ਖੁਦ ਇਸ ਉਮਰ ਦੇ ਵਿੱਚ ਤੋਂ ਹੀ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਆਹ ਸਪਿਰਿਟ ਹੈਗੀ ਆ ਇਸ ਫਰੈਂਚਾਈਜ਼ੀ ਦੀ ਕੁਲਦੀਪ ਭਾਅ ਜੀ ਮੇਰੇ ਨਾਲ ਮੌਜੂਦ ਨੇ ਜੋ ਕਿ ਨਿਊਯਾਰਕ ਲੋਕੇਸ਼ਨ ਦੇ ਫਰੈਂਚਾਈਜ਼ੀ ਉਹਨਾਂ ਨੇ ਕੁਲਦੀਪ ਭਾਅ ਜੀ ਤੁਹਾਨੂੰ ਕਿੰਨਾ ਸਾਲ ਹੋ ਗਿਆ ਇਸ ਲੋਕੇਸ਼ਨ ਨੂੰ ਆਲਰੇਡੀ ਚਲਾਉਂਦੇ ਹੋਏ ਔਰ ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ ਹੁਣ ਨਿਊ ਜਰਸੀ ਵੀ ਆ ਗਿਆ ਨਿਊਯਾਰਕ ਦੇ ਵਿੱਚ ਮੱਲਾ ਮਾਰ ਕੇ ਤੁਹਾਨੂੰ ਲੱਗਦਾ ਕਿ ਹੁਣ ਨਿਊ ਜਰਸੀ ਦੇ ਵਿੱਚ ਵੀ ਮੱਲਾ ਮਾਰੇਗਾ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਜੀ ਜਸ ਪੰਜਾਬੀ ਦਾ ਥੈਂਕ ਯੂ ਜਿਹੜਾ ਕਿ ਸਾਡੀ ਪੀਜ਼ਾ ਆਫ ਟਵਿਸਟ ਦੀ ਸਾਰੀ ਕਵਰੇਜ ਕਰਦੇ ਨੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਬਾਕੀ ਇਹ ਗੱਲ ਜੀ ਅਸੀਂ ਸਾਨੂੰ ਖੋਲ੍ਹੇ ਨੂੰ 3 ਸਾਲ ਹੋ ਗਏ ਨੇ ਸ਼ਿਕਾਗੋ ਪੀਜ਼ਾ ਨਿਊਯਾਰਕ ਵਿੱਚ ਬਹੁਤ ਵਧੀਆ ਚੱਲਦਾ ਆ ਬਹੁਤ ਵਧੀਆ ਹੀ ਸੈਟਲ ਆ ਕਿਉਂਕਿ ਇੱਕ ਸਟੋਰ ਅਸੀਂ ਇਹਨਾਂ ਮਨਪ੍ਰੀਤ ਨੂੰ ਦਿੱਤਾ ਆ ਇਹ ਵੀ ਬਹੁਤ ਵਧੀਆ ਚਲਾ ਰਿਹਾ ਕਿ ਖੁਦ ਮੈਂ ਆਪ ਚਲਾ ਰਿਹਾ ਅਤੇ ਇਸ ਟਾਈਮ 'ਤੇ ਬਹੁਤ ਵਧੀਆ ਆ ਬਾਕੀ ਅਸੀਂ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਨਿਊ ਜਰਸੀ ਦੇ ਵਾਸੀ ਆ ਕੇ ਇੱਥੇ ਪੀਜ਼ਾ ਟਵਿਸਟ ਨੂੰ ਚੈੱਕ ਕਰਨ ਵੇਖਣ ਖਾਣ ਤਦ ਹੀ ਪਤਾ ਲੱਗੂਗਾ ਵੀ ਇਸ ਵਿੱਚ ਕੀ ਟੇਸਟ ਹੈ ਮਨਪ੍ਰੀਤ ਤੁਸੀਂ ਕਿਹੜੀ ਲੋਕੇਸ਼ਨ ਚਲਾਉਂਦੇ ਹੋ ਅਸੀਂ ਰਿਚਮਨ ਹਿੱਲ ਦੀ ਲੋਕੇਸ਼ਨ ਲਓ ਜੀ ਪੰਜਾਬੀਆਂ ਦਾ ਇੱਕ ਹੋਰ ਸਿਆਸੀ ਗੜ ਪੰਜਾਬੀਆਂ ਦਾ ਲਿਟਲ ਪੰਜਾਬ ਨਿਊਯਾਰਕ ਦਾ ਰਿਚਮਨ ਹਿੱਲ ਜਿੱਥੇ ਮਨਪ੍ਰੀਤ ਉਸ ਲੋਕੇਸ਼ਨ ਨੂੰ ਚਲਾਉਂਦਾ ਟੀਵੀ ਸਕਰੀਨ ਦੇ ਉੱਤੇ ਕਾਰਪੋਰੇਟ ਆਫਿਸ ਦਾ ਨੰਬਰ ਚੱਲ ਰਿਹਾ ਇਫ ਯੂ ਆਰ ਇੰਟਰਸਟਿਡ ਫਾਰ ਐਨੀ ਲੋਕੇਸ਼ਨ ਇਨ ਯੂਰ ਸਿਟੀ ਯੂ ਕੈਨ ਕਾਲ ਹਰਪ੍ਰੀਤ ਸਿੰਘ ਦਈਆ ਐਂਡ ਟੀਮ ਔਰ ਇਫ ਯੂ ਵਾਂਟ ਟੂ ਆਰਡਰ ਸਮਥਿੰਗ ਇਨ ਖਾਟਵਿਟ ਨਿਊ ਜਰਸੀ ਉਹ ਵੀ ਨੰਬਰ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਆਫਰ ਸਪੈਸ਼ਲ ਚੱਲ ਰਹੀ ਹੈ ਇਸ ਮਹੀਨੇ ਲਈ ਤੁਸੀਂ ਦਵਿੰਦਰ ਸਿੰਘ ਹੋਰਾਂ ਨੂੰ ਕਾਲ ਕਰ ਸਕਦੇ ਹੋ ਆ ਕੇ ਮਿਲ ਵੀ ਸਕਦੇ ਹੋ ਇੱਥੇ ਬਕਾਇਦਾ ਭਾਅ ਜੀ ਸਨੀ ਭਾਅ ਜੀ ਐਡੀਸਨ ਦੀ ਲੋਕੇਸ਼ਨ ਔਰ ਜਿਹੜੀ ਨਿਊ ਜਰਸੀ ਦੀ ਲੋਕੇਸ਼ਨ ਕਿਸ ਤਰੀਕੇ ਨਾਲ ਚੱਲ ਰਹੀਆਂ ਕਿਵੇਂ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤੁਸੀਂ ਫਰੈਂਚਾਈਜ਼ੀ ਖੋਲ੍ਹਣ ਦੀ ਸੋਚ ਰਹੇ ਹੋ ਹਾਂਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਜਸ ਪੰਜਾਬੀ ਦੇ ਵਿਊਅਰਸ ਨੂੰ ਆਉਣ ਵਾਲੇ ਸਮੇਂ 'ਚ ਸਾਡੀਆਂ ਆਲਰੇਡੀ ਇੱਕ ਲੋਕੇਸ਼ਨ ਸਾਡੀ ਜਰਸੀ ਸਿਟੀ ਆਲਰੇਡੀ ਚੱਲ ਰਹੀ ਆ ਬਹੁਤ ਸਕਸੈਸਫੁਲੀ ਅਤੇ ਦੋ ਲੋਕੇਸ਼ਨ ਸਾਡੀਆਂ ਆਲਰੇਡੀ ਸਾਈਨ ਅਪ ਹੋ ਚੁੱਕੀਆਂ ਇੱਕ ਡਾਊਨ ਟਾਊਨ ਜਰਸੀ ਸਿਟੀ ਅਤੇ ਦੂਜੀ ਨੌਰਥ ਬ੍ਰਾਂਸਵਿਕ ਅਤੇ ਜੇ ਕਰੰਟ ਲੋਕੇਸ਼ਨ ਬਾਰੇ ਮੈਂ ਕੁਛ ਕਹਾਂ ਬਾਈ ਹਿਊਜ ਕੰਗਰੈਚੁਲੇਸ਼ਨ ਟੂ ਦਵਿੰਦਰ ਭਾਅ ਜੀ ਵੈਰੀ ਹਾਰਡ ਵਰਕਿੰਗ ਗਾਏ ਐਂਡ ਵਿਦ ਅ ਗ੍ਰੇਟ ਮੈਂਟਰ ਹਰਪ੍ਰੀਤ ਭਾਅ ਜੀ ਕਿਸੇ ਵੀ ਬਿਜ਼ਨਸ ਲਈ ਜਿਹੜਾ ਮੇਰਾ ਬੈਕਗਰਾਊਂਡ ਹੁਣ ਵੀ ਮੇਰੀ ਟਰੈਕਿੰਗ ਕੰਪਨੀ ਹੈ ਦਵਿੰਦਰ ਭਾਅ ਜੀ ਵਾਂਗੂ ਅਤੇ ਪਰ ਕਿਸੇ ਵੀ ਬਿਜ਼ਨਸ ਟੂ ਬਿਜ਼ਨਸ 'ਚ ਕੋਈ ਵੀ ਟ੍ਰਾਂਜ਼ੀਸ਼ਨ ਸਾਡੀ ਲਾਈਫ ਦੇ ਵਿੱਚ ਉਹ ਇੱਕ ਬੜੀ ਹਾਰਡ ਸਟੈਪ ਹੁੰਦਾ ਟ੍ਰਾਂਜ਼ੀਸ਼ਨ ਚਾਹੇ ਗੁੱਡ ਟੂ ਬੈਡ ਜਾਂ ਬੈਡ ਟੂ ਗੁੱਡ ਉਹ ਹਾਰਡ ਹੁੰਦਾ ਪਰ ਜਦੋਂ ਅਸੀਂ ਪਹਿਲੀ ਫਰੈਂਚਾਈਜ਼ ਆਪਣੀ ਜਸਟੀ ਖੋਲ੍ਹੀ ਸੀ ਤਾਂ ਦਵਿੰਦਰ ਭਾਈ ਸਾਡੀ ਬਹੁਤ ਹੈਲਪ ਰਹੀ ਲਾਈਕ ਨਿੱਕੀਆਂ ਨਿੱਕੀਆਂ ਚੀਜ਼ਾਂ ਲਈ ਇੱਕ ਬੰਦਾ ਕਨਫਿਊਜ਼ ਹੋ ਜਾਂਦਾ ਜਦੋਂ ਨਹੀਂ ਪਤਾ ਹੁੰਦਾ ਅਤੇ ਉਹ ਬਿਗ ਹੈਲਪ ਭਾਈ ਵੱਲੋਂ ਰਹੀ ਅਤੇ ਓਵਰਆਲ ਪਿਕਚਰ ਜਿਹੜੀ ਸੀਗੀ ਸਾਡੀ ਆ ਫਰੈਂਚਾਈਜ਼ ਨੂੰ ਗਰੋ ਕਰਨ ਦੀ ਜਾਂ ਸਕਸੈਸਫੁਲ ਬਣਾਉਣ ਦੀ ਉਹ ਹਰਪ੍ਰੀਤ ਭਾਅ ਜੀ ਸੋ ਥੈਂਕਸ ਟੂ ਦ ਗ੍ਰੇਟ ਟੀਮ ਫੋਰ ਪੀਜ਼ਾ ਟਵਿਸਟ ਹੁਣ ਗੱਲ ਕਰਦੇ ਹਾਂ ਹਰਪ੍ਰੀਤ ਸਿੰਘ ਦਈਆ ਹੋਰਾਂ ਨਾਲ ਕਿਵੇਂ ਆ ਯੰਗ ਆਂਟਰਪ੍ਰੀਨਰਸ ਜਿਹੜੇ ਨੇ ਸਾਡੀ ਕਮਿਊਨਿਟੀ ਨੂੰ ਦੇ ਰਹੇ ਨੇ ਔਰ ਇਹਨਾਂ ਦੀ ਕੀ ਸੋਚ ਸੀਗੀ ਅਕਸਰ ਮੈਂ ਤੁਹਾਨੂੰ ਦੱਸਦਾ ਹੁੰਦਾ ਬਿਜ਼ਨਸ ਆਫ ਦਾ ਵੀਕ ਸੀਜ਼ਨ 2 ਦੇ ਵਿੱਚ ਪਰ ਹੁਣ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਦੀ ਟੀਮ ਦੇ ਵਿੱਚ 14 ਸਾਲ ਦਾ ਨੌਜਵਾਨ ਵੀ ਹੈ 17 ਸਾਲ ਦਾ ਨੌਜਵਾਨ ਵੀ ਹੈ 18 ਸਾਲ ਦਾ ਨੌਜਵਾਨ ਵੀ ਹੈ 22 ਸਾਲ ਦਾ ਨੌਜਵਾਨ ਵੀ ਹੈ ਅੰਕਲ ਜੀ ਤੁਸੀਂ ਵੇਖੇ ਸੀ ਉਹ ਵੀ ਇਹਨਾਂ ਦੀ ਟੀਮ ਦੇ ਵਿੱਚ ਨੇ ਯਾਨੀ ਕਿ ਕਹਿਣ ਦਾ ਭਾਵ ਹੈ 14 ਸਾਲ ਤੋਂ ਲੈ ਕੇ 70 ਸਾਲ ਤੱਕ ਦੀ ਜਿਹੜੀ ਉਮਰ ਦੇ ਸਾਡੇ ਪੰਜਾਬੀ ਭਰਾ ਨੇ ਉਹ ਇਹਨਾਂ ਦੀ ਟੀਮ ਦੇ ਵਿੱਚ ਜਗ੍ਹਾ ਬਣਾਉਂਦੇ ਨੇ ਸ਼ਮੂਲੀਅਤ ਰੱਖਦੇ ਨੇ ਕੀ ਰਾਜ਼ ਹੈਗਾ ਔਰ ਕੀ ਕਾਰਨ ਸੀਗਾ ਇਹਦੇ ਵਿੱਚ ਇਹ ਆ ਜਿੱਦਾਂ ਤੁਸੀਂ ਦੇਖ ਰਹੇ ਹੋ ਆਪਰਚੁਨਿਟੀਜ਼ ਆਲ ਓਵਰ ਯੂਨਾਈਟਿਡ ਸਟੇਟ ਲੈਂਡ ਆਫ ਆਪਰਚੁਨਿਟੀਜ਼ ਐਂਡ ਦੈਨ ਅਸੀਂ ਸਾਰੇ ਮਾਈਗ੍ਰੇਟ ਹੋ ਕੇ ਆਉਂਦੇ ਹਾਂ ਐਂਡ ਦੈਨ ਦੇ ਆਰ ਸੈਵਰਲ ਬੈਰੀਅਰਸ ਦੈਟ ਵੀ ਗੋ ਥਰੂ ਲੈਂਗੁਏਜ ਬੈਰੀਅਰ ਐਜੂਕੇਸ਼ਨ ਕਮਿਊਨਿਟੀ ਬ੍ਰਿਜਿਸ ਆਲ ਆਫ ਦੈਟ ਸਟਫ ਸੋ ਇਹਨੂੰ ਬ੍ਰਿਜ ਨੂੰ ਸ਼ੋਰਟਨ ਕਰਨ ਲਈ ਲਾਈਕ ਗੋ ਬੈਕ ਟੂ ਜੂਸ ਫਿਲੋਸਫੀ ਯੂ ਇੰਗੇਜ ਕਮਿਊਨਿਟੀ ਦ ਰੀਜ਼ਨ ਵੀ ਚੂਜ਼ ਪੀਜ਼ਾ ਪਲੇਟਫਾਰਮ
पिज़्ज़ा एंगेज कम्यूनिटी इट ब्रिंग्स कम्यूनिटी टुगेदर regardless of what flavor is you call anybody hey let's have a pizza everybody will be happy oh we're going to have pizza so it brings the community together so you forget about race color who you are where you came from and that's a bridge the gap you fill in same with the youth so we have very talented youth the only lack with the youth is that the bridge the gap you know how to make them successful parents are busy working you know if we give them a platform with the guidance and education they can be very successful tomorrow you're looking for community leaders our youngs with the business opportunity can be going to Washington DC and the state level and all that and a business supports that so apan nu punjabi community de vich growth karan layi apne leader agge leyaundi as many businesses not even pizza I'm saying trucking any other businesses that we grow together that will be benefit our community one day and we have a perfect example in Canada right so that's my goal in the mind have a youth and youth opportunities with starting at the high school you know getting a job at your own community own you know products and franchise and grow out of it and then become owners and then help communities and it's just the cycle ਤੁਸੀਂ ਵੇਖ ਸਕਦੇ ਹੋ ਕਿ ਟ੍ਰੇਨਿੰਗ ਬਕਾਇਦਾ ਜਿਹੜੀ ਹੈਗੀ ਹੈ ਦਿੱਤੀ ਜਾਂਦੀ ਹੈ ਕਿਚਨ ਦੇ ਅੰਦਰ ਰਸਤੇ ਮਾਰ ਚੁੱਕੇ ਹਾਂ ਅੰਕਲ ਜੀ ਨੂੰ ਬਕਾਇਦਾ ਪੂਰਾ ਟ੍ਰੇਨ ਕੀਤਾ ਗਿਆ ਕਿ ਕਿਵੇਂ ਬੇਸ ਦੇ ਉੱਤੇ ਸਾਰੀ ਚੀਜ਼ਾਂ ਲਾਣੀ ਹੈ ਅੰਕਲ ਜੀ ਕੀ ਲਾ ਰਹੇ ਹੋ ਇਹਦੇ ਉੱਤੇ ਕੀ ਬਣਾ ਰਹੇ ਹੋ ਤੁਸੀਂ ਇਹ ਅਸੀਂ ਲੈਮ ਖੋਆ ਬਣਾ ਰਹੇ ਹਾਂ ਇਹਦੇ ਵਿੱਚ ਤਿੰਨ ਚੀਜ਼ਾਂ ਮੇਨ ਪੈਂਦੀਆਂ ਜੋ ਡਿਮਾਂਡ ਹੁੰਦੀ ਹੈ ਉਹਦੇ ਮੁਤਾਬਕ ਹੋ ਜਾਂਦਾ ਇਹਦੇ 'ਚ ਓਨੀਅਨ ਹੁੰਦਾ ਜਾਂ ਹੈਲੋਪੀਨ ਹੁੰਦੀ ਹੈ ਅਤੇ ਪਾਈਨਐਪਲ ਹੁੰਦਾ ਉਸ ਤੋਂ ਬਾਅਦ ਜਿਹੜਾ ਲੈਮ ਅਤੇ ਜੇ ਕੋਈ ਮੰਗਦਾ ਵੀ ਮੈਨੂੰ ਗਾਰਲਿਕ ਚਾਹੀਦਾ ਮੈਨੂੰ ਜਿੰਜਰ ਚਾਹੀਦਾ ਮੈਨੂੰ ਮੀਡੀਅਮ ਸਪਾਈਸੀ ਚਾਹੀਦਾ ਬਟ ਮੇ ਜਿਵੇਂ ਵੀ ਉਹ ਮੰਗਦਾ ਹੈਗਾ ਅਸੀਂ ਉਸ ਤਰ੍ਹਾਂ ਕਰਕੇ ਦੇ ਦਿੰਦੇ ਹਾਂ ਡੋਂਟ ਵਰੀ ਜੋ ਵੀ ਮੰਗਦਾ ਜਿਹੋ ਡੋਂਟ ਵਰੀ ਅੰਕਲ ਗੋਟ ਯੂ ਹੀ ਗੋਟ ਯੂ ਡੋਂਟ ਵਰੀ ਅਬਾਊਟ ਇਟ ਆਰਡਰ ਦੇ ਦਿਓ ਫਟਾਫਟ ਫੋਨ ਚੱਕੋ ਅਤੇ ਘੁਮਾ ਦਿਓ ਫੋਨ ਹਾਂ ਡੋਂਟ ਵਰੀ ਜੋ ਵੀ ਬੰਦਾ ਜਿਹੋ ਜਿਹਾ ਖਾਣਾ ਚਾਹੁੰਦਾ ਕੋਈ ਵੈਜੀ ਚਾਹੁੰਦਾ ਦੋ ਬੰਨੇ ਵੈਸੇ ਦੱਸਿਆ ਤੁਹਾਨੂੰ ਵੀ ਇੱਕ ਵੈਜੀ ਆ ਇੱਕ ਨੋਨ ਵੈਜੀ ਆ ਉਹ ਚਿਕਨ ਖਾਣਾ ਚਾਹੁੰਦਾ ਅਤੇ ਚਿਕਨ ਨਾਲ ਅਲੱਗ ਆ ਆਹ ਵੈਜੀ ਆ ਥੱਲੇ ਵੀ ਜਿਹੜਾ ਹੈਗਾ ਆਰਡਰ ਅਲੱਗ ਅਲੱਗ ਹੈ ਆਪਣਾ ਇਹਦੇ ਵਿੱਚ ਜਿਹੜਾ ਹੈਗਾ ਵੈਜੀ ਆ ਉਹ ਲਾਸਟ ਚਿਕਨ ਆ ਚਿਕਨ ਅਤੇ ਵੈਜੀ ਦੇ ਮਿਕਸ ਨਹੀਂ ਕਰਦੇ ਔਰ ਟ੍ਰੇਨਿੰਗ ਦੇ ਵਿੱਚ ਕੀ ਧਿਆਨ ਰੱਖਿਆ ਜਾਂਦਾ ਉਹ ਵੀ ਅਸੀਂ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸੋ ਬਕਾਇਦਾ ਤੁਹਾਡੇ ਪੀਜ਼ਾ ਟੂ ਵਿਜ਼ਿਟ ਜਿਹੜੇ ਟ੍ਰੇਨਰਸ ਨੇ ਅਤੇ ਸਪੈਸ਼ਲੀ ਆਉਂਦੇ ਆ ਤੁਹਾਡੀ ਫਰੈਂਚਾਈਜ਼ੀ ਦੇ ਵਿੱਚ ਤੁਹਾਨੂੰ ਟ੍ਰੇਨ ਕਰਕੇ ਜਾਂਦੇ ਆ ਐਡੀ ਜੀ ਕੀ ਸਿਖਾਉਂਦੇ ਹੋ ਤੁਸੀਂ ਜਦ ਆਉਂਦੇ ਹੋ ਖੋਲ੍ਹਣ ਨਵੀਂ ਫਰੈਂਚਾਈਜ਼ ਬੇਸਿਕਲੀ ਅਸੀਂ ਟਰਾਈ ਕਰੀਦਾ ਵਾ ਕਿ ਜੋ ਵੀ ਆਪਾਂ ਕਸਟਮਰ ਨੂੰ ਸਾਡਾ ਸਾਰਾ ਕੁਝ ਮੈਜਰ ਹੋ ਕੇ ਜਾਵੇ ਅਸੀਂ ਇਸ ਤਰੀਕੇ ਨਾਲ ਕਿਉਂਕਿ ਅਸੀਂ ਸਾਰਾ ਟਾਈਮ ਇੱਥੇ ਪ੍ਰੈਜੈਂਟ ਵੀ ਨਹੀਂ ਹੋ ਸਕਦੇ ਐਂਡ ਦੈਨ ਟੂ ਕੀਪ ਦ ਕੁਆਲਿਟੀ ਟੂ ਕੀਪ ਐਵਰੀਥਿੰਗ ਵੀ ਹੈਵ ਦ ਸਕੇਲਸ ਐਂਡ ਸਟੱਫ ਅਪ ਦੇਅਰ ਸੋ ਅਸੀਂ ਸਕੇਲ ਵਗੈਰਾ ਕਾਫੀ ਯੂਜ਼ ਕਰੀਦੀ ਆ ਜਿਵੇਂ ਆਪਣਾ ਚੀਜ਼ ਹੋ ਗਿਆ ਆਪਣਾ ਸੌਸ ਹੋ ਗਈ ਅਸੀਂ ਉਹਨੂੰ ਪੂਰਾ ਮੈਜਰ ਕਰਕੇ ਬਾਈ ਦਾ ਨਾ ਵੱਧ ਨਾ ਘੱਟ ਤੁਸੀਂ ਅੱਜ ਆ ਜਾਓ ਕੱਲ੍ਹ ਆ ਜਾਓ ਸਾਲ ਬਾਅਦ ਆ ਜਾਓ ਚੀਜ਼ ਤੁਹਾਨੂੰ ਸੇਮ ਹੀ ਮਿਲੂਗੀ ਸੋ ਇਹ ਸੀਗਾ ਜੀ ਬਿਜ਼ਨਸ ਆਫ ਦ ਵੀਕ ਸੀਜ਼ਨ 2 ਦੇ ਵਿੱਚ ਕਾਟਰੇਟ ਨਿਊ ਜਰਸੀ ਦੀ ਫਰੈਂਚਾਈਜ਼ ਜਿੱਥੇ ਤੁਸੀਂ ਹੁਣ ਆ ਕੇ ਸਪੈਸ਼ਲ ਆਫਰਸ ਵੀ ਲੈ ਸਕਦੇ ਹੋ ਔਰ ਜਿਹੜਾ ਟੀ ਵੀ ਸਕਰੀਨ 'ਤੇ ਨੰਬਰ ਚੱਲ ਰਿਹਾ ਇਸ ਟੀ ਵੀ ਸਕਰੀਨ ਦੇ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਦਵਿੰਦਰ ਸਿੰਘ ਹੋਰਾਂ ਨਾਲ ਗੱਲ ਵੀ ਕਰ ਸਕਦੇ ਹੋ ਜੇਕਰ ਤੁਸੀਂ ਕੇਟਰਿੰਗ ਅਤੇ ਹੋਰ ਬੁਕਿੰਗਸ ਆਪਣੇ ਘਰ ਦੇ ਵਿੱਚ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਫਿਰ 50 ਪੀਜ਼ੇ ਤੋਂ ਲੈ ਕੇ 500 ਪੀਜ਼ੇ ਜਿੰਨੇ ਵੀ ਤੁਹਾਨੂੰ ਪੀਜ਼ੇ ਚਾਹੀਦੇ ਹਨ ਉਹ ਵੀ ਤੁਸੀਂ ਘਰ ਦੇ ਵਿੱਚ ਮੰਗਵਾ ਸਕਦੇ ਹੋ ਔਰ ਇੱਥੇ ਆ ਕੇ ਤੁਸੀਂ ਆਨੰਦ ਵੀ ਲੈ ਸਕਦੇ ਹੋ ਪੀਜ਼ਾ ਦਾ ਅਤੇ ਨਾਲ ਹੀ ਜੇਕਰ ਤੁਸੀਂ ਫਰੈਂਚਾਈਜ਼ੀ ਲੈਣਾ ਚਾਹੁੰਦੇ ਹੋ ਉਹ ਵੀ ਤੁਸੀਂ ਟੀ ਵੀ ਸਕਰੀਨ ਦੇ ਉੱਤੇ ਚੱਲ ਰਹੇ ਕਾਰਪੋਰੇਟ ਆਫਿਸ ਨੰਬਰ 'ਤੇ ਕਾਲ ਕਰਕੇ ਐਨੀ ਸਟੇਟ ਕਿਸੇ ਵੀ ਸਟੇਟ ਦੇ ਵਿੱਚ ਤੁਸੀਂ ਇਸ ਨੂੰ ਲੈ ਸਕਦੇ ਹੋ ਔਰ ਖੁਦ ਆਪ ਦਾ ਬਿਜ਼ਨਸ ਬਣਾ ਸਕਦੇ ਹੋ ਤੁਸੀਂ ਵੇਖ ਸਕਦੇ ਹੋ ਟੀਮ ਬਹੁਤ ਐਕਸਾਈਟਿਡ ਹੈ ਕਾਰਟਰੇਟ ਨਿਊ ਜਰਸੀ ਦੀ ਤੁਹਾਨੂੰ ਮਿਲਣ ਦੇ ਲਈ ਇੰਤਜ਼ਾਰ ਕਰ ਰਹੀ ਹੈ ਤੁਹਾਡਾ ਕਿ ਤੁਸੀਂ ਆਓਗੇ ਪੀਜ਼ਾ ਜਿਹੜਾ ਹੈਗਾ ਆਰਡਰ ਕਰੋਗੇ ਔਰ ਘਰ ਲੈ ਕੇ ਜਾਓਗੇ ਆਈ ਲਵ ਵਿਦ ਮੀ ਹਰਕੀਰਤ ਸਿੰਘ ਆਲੂਵਾਲੀਆ ਕੈਮਰੇ ਦੇ ਉੱਤੇ ਸੁਖਾ ਸੰਘਾ ਜਸ ਪੰਜਾਬੀ ਦੇ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਵੀ ਤੁਹਾਡੇ ਸ਼ਹਿਰ ਆਵਾਂ ਔਰ ਕਰਾਂ ਬਿਜ਼ਨਸ ਆਫ ਦ ਵੀਕ ਤਾਂ ਮੈਂ ਵੀ ਆਵਾਂਗਾ ਤੁਹਾਡੇ ਸ਼ਹਿਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ
20 ਦੇ ਉੱਤੇ ਈਮੇਲ ਕਰ ਸਕਦੇ ਹੋ harkeerat@justbroadcasting.com ਦੇ ਉੱਤੇ। ਤਾਂ ਤੱਕ ਖੁਸ਼ ਰਹੋ, ਆਪਣੇ ਆਪ ਨੂੰ ਖੁਸ਼ ਰੱਖੋ, ਆਪਣੇ ਘਰਦਿਆਂ ਨੂੰ ਖੁਸ਼ ਰੱਖੋ, ਆਪਣੇ ਮਾਪਿਓ ਨੂੰ ਖੁਸ਼ ਰੱਖੋ ਔਰ ਆਪਣੀ ਵਾਈਫ ਨੂੰ ਜ਼ਰੂਰ ਖੁਸ਼ ਰੱਖੋ ਯਾਰ। ਧੰਨਵਾਦ, ਸਤਿ ਸ਼੍ਰੀ ਅਕਾਲ।